ਜਿਤਨੇ ਵੀ ਮਾਈ ਭਾਈ ਸਤਪੁਰਸ਼ਾਂ ਦੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹੋ, ਸੰਤ ਬਾਬਾ ਤਰਸਿੰਘ ਜੀ ਮਹਾਰਾਜ ਦੇ ਰੂਹ ਸਾਹਿਬ ਵਾਲੇ ਅਤੇ ਸੇਵਾ ਦੇ ਪੁੰਜ, ਸ਼ਾਂਤੀ ਧੀਰਜ ਦੇ ਪੁੰਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ ਅਤੇ ਬਾਬਾ ਬਘੇਲ ਸਿੰਘ ਜੀ, ਜਿਨ੍ਹਾਂ ਦੋਵੇਂ ਮਹਾਂਪੁਰਖਾਂ ਨੇ ਰਾੜਾ ਸਾਹਿਬ ਦੀ ਪਾਵਨ ਪਵਿੱਤਰ ਸਥਾਨ ਤੇ ਲੰਗਰਾਂ ਦੀ ਸੇਵਾ ਨਿਭਾਉਣਾ ਕੀਤੀ ਹੈ। ਔਸਾ ਸਿੰਘ ਜੀ, ਬਾਣੀ ਦਾ ਬਚਨ ਹੈ, ਜਿਸ ਪਿਆਰੇ ਸੋ ਨੇਹੋ ਤਿਸਾਗੈ ਮਰ ਚੱਲੀ ਹੈ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜ ਭੂਤਕ ਦਾ ਸਰੀਰ ਦਾ ਪਰਿਤਿਆਗ ਕਰ ਗਏ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਭਰਾਈ ਦੇ ਘਰ ਜਾ ਕੇ ਬੈਠ ਗਏ ਵੀ ਸਾਡਾ ਉਸ ਪਿਆਰੇ ਬਿਨਾ ਜੀ ਨਹੀਂ ਲੱਗਦਾ ਸੰਸਾਰ ਤੇ। ਆਓ ਵਿਸਥਾਰ ਵਿੱਚ ਨਾ ਜਾਈਏ, ਸਤਸੰਗ ਜੀ ਇਹੀ ਰੱਬ ਦੇ ਪਿਆਰਿਆਂ ਤੋਂ ਬਾਅਦ ਉਹਨਾਂ ਦੇ ਸੇਵਕਾਂ ਦਾ ਹਾਲ ਹੁੰਦਾ ਹੈ, ਕਿਉਂਕਿ ਜਿਹਨੇ ਕਿਸੇ ਦਾ ਵਿਛੋੜਾ ਸਹਿਆ ਹੋਵੇ ਨਾ ਉਹ ਜਾਣਦਾ ਦਰਦ ਨੂੰ। ਜਦੋਂ ਸੰਤ ਮਹਾਰਾਜ ਬਾਬਾ ਤਰਸਿੰਘ ਜੀ ਸਰੀਰ ਛੱਡ ਗਏ, ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ ਗਏ ਤੇ ਛੋਟੇ ਮਹਾਰਾਜ ਤੇ ਵੱਡੇ ਮਹਾਰਾਜ ਉਸ ਵੇਲੇ ਉਸ ਪਾਵਨ ਸਥਾਨ ਜਿੱਥੇ ਮਹਾਰਾਜ ਦੇ ਕੋਲ ਰਹਿੰਦੇ ਸੀ ਸਤਸੰਗ ਜੀ, ਸੰਤ ਬਾਬਾ ਤਰਸਿੰਘ ਮਹਾਰਾਜਿਆਂ ਦੇ ਚਰਨਾਂ 'ਚ ਮੌਜ ਮਾਣਦੇ ਸੀ, ਆਨੰਦ ਲੈਂਦੇ ਸੀ। ਸਤਸੰਗ ਠੀਕ ਹੈ, ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ, ਪਵਿੱਤਰ ਸਥਾਨ ਨੇ, ਪਰ ਉਹੀ ਸਥਾਨ ਆਪਣੇ ਪਿਆਰੇ ਦੇ ਬਾਜੋਂ ਸੁੰਨੇ ਸੁੰਨੇ ਜਾਪਿਆ ਕਰਦੇ ਨੇ। ਫਿਰ ਵੱਡੇ ਮਹਾਰਾਜ ਤੋਂ ਜਾਣ ਤੋਂ ਬਾਅਦ ਛੋਟੇ ਮਹਾਰਾਜ, ਰੌਣਕਾਂ ਵੀ ਰਾੜਾ ਸਾਹਿਬ ਵਿੱਚ ਬੜੀਆਂ ਨੇ। ਸਤਸੰਗ ਜਿਨ੍ਹਾਂ ਦਾ ਜਿਹਦੇ ਨਾਲ ਪਿਆਰ ਹੁੰਦਾ ਨਾ, ਸਬੱਬ ਬਣਿਆ ਹੁੰਦਾ ਹੈ, ਉਹ ਜਾਣਦਾ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਣਿਆਲੇ ਤੀਰ। ਤੇ ਕਈ ਵਾਰ ਬਾਬਾ ਜੀ ਬਚਨ ਸੁਣਾਉਣ ਲੱਗ ਜਾਂਦੇ ਨੇ ਸ਼੍ਰੀਮਾਨ ਮਹਾਰਾਜ ਜੀਆਂ ਦੇ, ਮਨ ਭਰ ਆਉਂਦਾ ਹੈ। ਤੇ ਸਤਸੰਗ ਜੀ ਸਾਨੂੰ ਫਿਰ ਆਪਣੇ ਪਿਆਰੇ ਦਾ ਚੇਤਾ ਆ ਜਾਂਦਾ ਹੈ ਜਿਨ੍ਹਾਂ ਦੀ ਸੰਗਤ ਕਰਦੇ ਰਹੇ ਹਾਂ। ਜਿਵੇਂ ਜਿਵੇਂ ਮਹਾਂਪੁਰਖ ਸ਼੍ਰੀਮਾਨ ਮਹਾਰਾਜ ਜੀ ਦੇ ਬਚਨ ਸੁਣਾਉਂਦੇ ਨੇ, ਅਤੇ ਦਵਲਾਣ ਦੇ ਸ਼੍ਰੀਮਾਨ ਸੀ ਜਿਹੜੇ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖ ਲੋਹਰਾਂ ਸਾਹਿਬ ਵਾਲੇ, ਲਗਭਗ ਅਸੀਂ ਵੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ 6-7 ਸਾਲ ਆਨੰਦ ਮਾਣਨਾ ਕੀਤਾ। ਔਰ ਸਤਸੰਗ ਜੀ ਹਰ ਵਿਛੋੜਾ ਭੁੱਲਿਆ ਜਾ ਸਕਦਾ, ਪਰ ਜਿਹੜਾ ਜੀਵਨ ਕਿਸੇ ਨੇ ਦਿੱਤਾ ਹੋਵੇ ਨਾ, ਜਿਉਣ ਦੀ ਜਾਚ ਸਿਖਾਈ ਹੋਵੇ, ਉਹ ਸਤਸੰਗ ਜੀ ਉਸ ਪਿਆਰੇ ਦਾ ਵਿਛੋੜਾ ਸਹਿਆ ਨਹੀਂ ਜਾ ਸਕਦਾ। ਉਹ ਬਾਣੀ ਦਾ ਬਚਨ ਹੈ, ਜਿਸ ਪਿਆਰੇ ਸੋਨੇ ਹੋ ਤੇ ਸਾਗੈ ਮਰ ਚੱਲੀ ਹੈ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ, ਇੱਕ ਧਾਰਨਾ ਪੜ੍ਹ ਕੇ ਮੈਂ ਆਪਣੀ ਹਾਜ਼ਰੀ ਲਵਾਵਾਂ। ਇਹ ਸਤਸੰਗ ਜੀ ਪਿਆਰ ਦੀ ਖੇਡ ਹੈ, ਜਿਨ੍ਹਾਂ ਮਹਾਂਪੁਰਖਾਂ ਨੇ ਚਰਨਾਂ 'ਚ ਆਨੰਦ ਮਾਣਿਆ ਹੋਵੇ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹਮੇਸ਼ਾ ਲਈ ਸਤਸੰਗ ਉਹ ਪਿਆਰ, ਹਮੇਸ਼ਾ ਲਈ ਯਾਦ
ਉਹਨਾਂ ਦੇ ਪਿਆਰਿਆਂ ਦੇ ਹਿਰਦੇ ਵਿੱਚ ਰਿਹਾ ਕਰਦੀ ਹੈ। ਜਿਹੜੀਆਂ ਤੇਰੇ ਚਰਨਾਂ ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਰਹਿਣੀਆਂ, ਤੇਰੇ ਚਰਨਾਂ ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਸਤਿਪੁਰਸ਼ ਸਿਖਾ ਜਾਂਦੇ ਨੇ
ਜੀਵਨ ਦਾਨ ਦੇ ਦੇ ਜਾਂਦੇ ਨੇ। ਹੋ ਸਕਦਾ ਮਾਤਾ ਪਿਤਾ ਕਦੇ ਸਾਸੰਗ ਕੀਤਾ, ਆਪਣੇ ਤੇ ਉਪਕਾਰ ਪੜ੍ਹਾਇਆ ਲਿਖਾਇਆ ਚਿਤਾਰ ਦੇਣ, ਪਰ ਸਤਿਪੁਰਸ਼ ਜਣਾਇਆ ਨਹੀਂ ਕਰਦੇ। ਕਿੰਨਿਆਂ ਕੁ ਨੂੰ ਜੀਵਨ ਦਾਨ ਦੇਣਾ ਕੀਤਾ ਉਹਨਾਂ ਸਤਿਪੁਰਸ਼ਾਂ ਨੇ। ਅਤੇ ਸਾਸੰਗ ਜੀ ਪਰੋਪਕਾਰੀ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਸ਼੍ਰੀਮਾਨ ਜੀ ਮਹਾਰਾਜ, ਸਾਦਾ ਲਿਬਾਸ, ਸਭ ਨੂੰ ਪਿਆਰ ਕਰਨਾ, ਆਪ ਜੀ ਬੇਅੰਤ ਸਤਿਪੁਰਸ਼ਾਂ ਪਾਸੋਂ ਸਰਵਣ ਕੀਤਾ। ਆਓ ਸਾਸੰਗ ਜੀ ਇੱਥੇ ਕੇਵਲ ਹਾਜ਼ਰੀ ਹੈ, ਕਿਉਂਕਿ ਇਹ ਤਾਂ ਮਹਾਂਪੁਰਖਾਂ ਦਾ ਪਿਆਰ ਹੈ। ਸਾਸੰਗ ਜੀ ਛੋਟਿਆਂ ਭਰਾਵਾਂ ਵਾਂਗੂ ਪਿਆਰ ਦਿੰਦੇ ਨੇ, ਸੋ ਆਓ ਉਹਨਾਂ ਦੇ ਪਿਆਰ ਵਿੱਚ ਹਾਜ਼ਰੀ ਭਰੀ ਹੈ। ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਿਸ਼ਾਂ ਕਰਨ। ਅਤੇ ਗੁਰਮੁਖੋ, ਜਿਹੜਾ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਸਾਨੂੰ ਜਾਂਚਨਾ ਦੇਣਾ ਕੀਤੀ ਹੈ, ਗੁਰੂ ਵਾਲੇ ਬਣ ਕੇ ਸਿੰਘ ਸੱਜ ਕੇ ਅੰਮ੍ਰਿਤਧਾਰੀ, ਕਲਗੀ ਧਰਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀ, ਉਹ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾਈਏ। ਸੇਵਾ ਸਿਮਰਨ ਮਹਾਂਪੁਰਖਾਂ ਨੇ ਜ਼ਿੰਦਗੀ ਸਾਧ ਜੀ ਆਪਣੇ ਜੀਵਨ ਨੂੰ ਉਧਾਰ ਬਣਾਉਣਾ ਕੀਤਾ ਹੈ, ਕਮ ਸੇ ਕਮ ਕਿਣਕਾਂ ਉਹਨਾਂ ਦੇ ਜੀਵਨ ਵਿੱਚੋਂ ਜਾਚਨਾ ਲੈ ਲਈਏ, ਸਾਡੇ ਜੀਵਨ ਦਾ ਵੀ ਭਲਾ ਹੋ ਸਕੇ। ਸੋ ਬਖਸ਼ੋ ਸੀਸ ਬਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।